ਆਮ ਆਦਮੀ ਪਾਰਟੀ ਵੱਲੋਂ ਦਿੱਲੀ ਸਰਕਾਰ ਦੇ ਆਪਣੇ ਹੀ ਮੰਤਰੀ ਕਪਿਲ ਮਿਸ਼ਰਾ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਤੋਂ ਬਾਅਦ ਕਪਿਲ ਮਿਸ਼ਰਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਮੁੱਖ ਮੰਤਰੀ ਕੇਜਰੀਵਾਲ ਦੇ ਉੱਪਰ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲਗਾ ਦਿੱਤੇ ਨੇ। ਜਿਸ ਤੇ ਬੋਲਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਡਾਕਟਰ ਸਾਹਿਬ, ਇਹ ਤਾਂ ਹੋ ਗਈ ਦਿੱਲੀ ਦੀ ਗੱਲ, ਜੋ ਵੀ ਇਹਨਾਂ ਦਾ ਸਾਰਾ ਰਫੜ ਪਿਆ। ਹੁਣ ਪੰਜਾਬ ਦੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੀ। ਕੱਲ ਇਹਨਾਂ ਨੇ ਮੀਟਿੰਗ ਵੀ ਸੱਦੀ ਆ, ਪਤਾ ਨਹੀਂ ਹੁਣ ਆ ਸਾਰੇ ਰਫੜ ਦੇ ਵਿੱਚ ਉਹ ਮੀਟਿੰਗ ਹੋਵੇ ਜਾਂ ਨਾ ਹੋਵੇ, ਉਹ ਵੀ ਇੱਕ ਬਣੀ ਹੋਈ ਹੈ ਸਥਿਤੀ। ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ, ਕਹਿੰਦੇ ਕਿ ਪੰਜਾਬ ਦੇ ਵਿੱਚ ਵੀ 4 ਧੜੇ ਬਣ ਚੁੱਕੇ ਆਮ ਆਦਮੀ ਪਾਰਟੀ ਦੇ। ਹਾਂਜੀ ਹਾਂਜੀ, ਇਹ ਜਦੋਂ ਜੀ ਜਦੋਂ ਕੋਈ ਦੇਖੋ ਜਿਹੜੀ ਅਸੂਲ ਹੁੰਦੇ ਨਾ, ਪੋਲਿਟਿਕਸ ਹੁੰਦੀ ਹੈਗੀ ਹੈ, ਉਹਦੀ ਪਿਓਰਿਟੀ ਹੁੰਦੀ ਹੈ, ਉਹਦੀ ਇੱਕ ਵਿਚਾਰਧਾਰਾ ਹੁੰਦੀ ਹੈ, ਉਹ ਗੂੰਦ ਹੁੰਦਾ, ਉਹ ਇੱਕ ਗਮ ਹੁੰਦੀ ਹੈਗੀ ਹੈ ਕਿਸੇ ਵੀ ਪਾਰਟੀ ਨੂੰ ਇਕੱਠਾ ਰੱਖਣ ਵਾਲੀ। ਉਹ ਗਮ ਹੁੰਦਾ ਜਿਸ ਕਰਕੇ ਅਲੱਗ ਅਲੱਗ ਧਰਮਾਂ ਵਾਲੇ, ਅਲੱਗ ਅਲੱਗ ਅਕੀਦਿਆਂ ਵਾਲੇ, ਅਲੱਗ ਅਲੱਗ ਵਿਚਾਰਾਂ ਵਾਲੇ, ਅਲੱਗ ਅਲੱਗ ਸੁਭਾਵਾਂ ਵਾਲੇ ਲੋਕ ਇੱਕ ਮਕਸਦ ਵਿਸ਼ੇਸ਼ ਵਾਸਤੇ, ਇੱਕ ਵਿਸ਼ੇਸ਼ ਉਦੇਸ਼ ਵਾਸਤੇ, ਇੱਕ ਵੱਡੇ ਮਕਸਦ ਵਾਸਤੇ ਇਕੱਠੇ ਹੁੰਦੇ ਹੈਗੇ ਆ। ਜਦੋਂ ਉਹ ਗੂੰਦ ਖਤਮ ਹੋ ਜਾਂਦੀ, ਖੂਨ ਗੂੰਦ ਸਿਆਸਤ ਦੀ ਗੂੰਦ, ਰਾਜਨੀਤੀ ਚ ਸਿਆਸਤ ਦੀ ਜਿਹੜੀ ਗੂੰਦ ਹੈਗੀ, ਉਹ ਕਿਸੇ ਵੀ ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈਗੀ ਹੈ। ਇਹ ਆਮ ਆਦਮੀ ਪਾਰਟੀ ਵਿਚਾਰਧਾਰਾ ਸੀਗੀ ਸਵਰਾਜ, ਪਾਰਦਰਸ਼ਤਾ, ਜਵਾਬਦੇਹੀ, ਡੈਮੋਕ੍ਰੇਸੀ, ਚੰਗੀ ਸੂਲਾਂ ਦੀ ਪਾਲਣਾ, ਰਾਜਾਂ ਦੇ ਅਧਿਕਾਰ, ਜਿਹੜੀ ਮਾਡਰਨ ਰਾਜਨੀਤੀ ਹੈਗੀ, ਜਿਹਦੇ ਵਿੱਚ ਅੱਜ ਲੋੜ ਹਿੰਦੁਸਤਾਨ ਨੂੰ ਹੈਗੀ ਹੈ, ਇਹ ਅਸੂਲ ਉਹ ਸੀਗੇ ਹੈਗੇ ਹੈ ਜਿਹਦੇ ਲੋਕੀ ਜਿਹੜੇ ਬਾਕੀ ਪਾਰਟੀ ਚ ਨਹੀਂ ਸੀਗੇ। ਲੋਕਾਂ ਤਾਂ ਹੀ ਨਾ ਪੰਜਾਬ ਨੇ 2014 ਇੱਕ ਵੱਖਰਾ ਮੈਂਡੇਟ ਦਿੱਤਾ ਸੀ ਹਿੰਦੁਸਤਾਨ ਮੋਦੀ ਦੇ ਸੀਗੀ, ਪੰਜਾਬ ਚ ਲੋਕਾਂ ਨੇ ਦਰਸਾ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਹੱਕ ਦਾ, ਜਿਹੜੀ ਨਵੀਂ ਪਾਰਟੀ ਹੈ, ਜਿਹੜੀ ਨਵੀਂ ਸਿਆਸਤ ਕਰੂਗੀ। ਹਾਂ ਬਿਲਕੁਲ ਜੀ, ਵਿਚਾਰਧਾਰਾ ਖਤਮ ਹੋਣ ਦੀ ਜਿਹੜੀ ਅਸਲ ਜਿਹੜੀ ਅਸੀਂ ਬਾਹਰ ਵੀ ਹੋਏ ਹਾਂ, ਉਹ ਲੜਾਈ ਇਹੀ ਸੀਗੀ ਕਿ ਤੁਸੀਂ ਇਹ ਚੀਜ਼ ਜੋ ਕਰ ਰਹੇ ਹੋ ਗਲਤ ਕਰ ਰਹੇ ਹੋ। ਔਰ ਜਿਹੜਾ ਅਰਵਿੰਦ ਕੇਜਰੀਵਾਲ ਹੈ, ਪੂਰੇ ਡਿਸਿਪਲਿਨ ਅੰਦਾਜ਼ ਵਿੱਚ ਹੀ ਨੇ, ਸਭ ਨੂੰ ਮਤਲਬ ਉਹਨਾਂ ਲੋਕਾਂ ਨੂੰ ਜਿਹੜੀ ਵੀ ਅੱਖ ਤੱਕ ਪਰ ਗੱਲ ਕਰ ਸਕਦੇ, ਸਾਹਮਣੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਸੀਗੇ, ਜਾਂ ਇਤਨਾ ਇਸ ਗੱਲ ਤੇ ਬਹਿਸ ਕਰਦੇ ਸੀ ਕਿ ਭਾਈ ਤੁਸੀਂ ਪਾਰਟੀ ਗਲਤ ਲੀਹਾਂ ਤੇ ਜਾ ਰਹੀ ਹੈਗੀ ਹੈ, ਉਹ ਸਾਰੇ ਨੇ ਇੱਕ ਕੱਢ ਕੇ ਬਾਹਰ ਕੱਢੇ ਹੈਗੇ। ਉਹ ਵਿਚਾਰਧਾਰਾ ਲੜਾਈ ਦਾ ਹਿੱਸਾ ਹੀ ਸੀਗਾ, ਜਦੋਂ ਕਿ ਜਿਹੜਾ ਕਿ ਪੰਜਾਬ ਦੀ ਲੀਡਰਸ਼ਿਪ ਹੈ, ਇਹਨੂੰ ਸਮਝ ਨਹੀਂ ਆਇਆ ਕਿਹੜੀ ਦਮ ਤੱਕ, ਜਦ ਤੱਕ ਜਿਹਦਾ ਜਿਹੜਾ ਪੈਰ ਪੂਛ ਥੱਲੇ, ਜਿਹੜੀ ਪੂਛ ਆ ਉਹ ਪੈਰ ਥੱਲੇ ਆਉਂਦੀ ਗਈ, ਚਾਹੇ ਛੋਟੇ ਪਰ ਸੀਗੇ ਚਾਹੇ ਹੋਰ, ਉਹ ਭੱਜਦਾ ਗਿਆ। ਜਦ ਤੱਕ ਉਹ ਲਾਲਚ ਬਣੇ ਰਿਹਾ ਕਿ ਮੇਰੀ ਸੀਟ, ਮੇਰੀ ਗੱਦੀ, ਮੇਰੀ MLA, ਮੇਰੀ ਸਰਕਾਰ, ਕਿਉਂਕਿ ਜਿਹਨਾਂ ਲੱਗਦਾ ਸੀ ਕਿ ਸਰਕਾਰ ਤਾਂ ਸਾਡੀ ਬਣੀ ਪਈ ਹੈਗੀ ਹੈ। ਉਸ ਲਾਲਚ ਵਿੱਚੋਂ ਇਹਨਾਂ ਨੇ ਉਹ ਵਿਚਾਰਧਾਰਾ ਨੂੰ ਵੀ ਖੁੰਝੇ ਲਾ ਦਿੱਤਾ ਪੰਜਾਬ ਦੀ ਲੀਡਰਸ਼ਿਪ ਨੇ। ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਗਾਂਧੀ ਨਾਲ ਕੀ ਹੋ ਰਿਹਾ, ਖਾਲਸੇ ਨਾਲ ਕੀ ਹੋਇਆ, ਡਾਕਟਰ ਦਲਜੀਤ ਸਿੰਘ ਕੀ ਹੋਇਆ, ਭਾਈ ਬਲਦੀਪ ਸਿੰਘ ਕੀ ਹੋ ਰਿਹਾ, ਜੋਤੀ ਮਾਨ ਨਾਲ ਕੀ ਹੋ ਰਿਹਾ। ਇਹਨਾਂ ਨੇ ਆਪਣੀ ਖੁਦਗਰਜ਼ੀ ਵਿੱਚੋਂ, ਲਾਲਚ ਵਿੱਚੋਂ, ਹਲਕਾ ਵਿੱਚੋਂ, ਉਹ ਸਾਰਾ ਕੁਛ ਮਤਲਬ ਇਹਨਾਂ ਨੂੰ ਜਿਹਨਾਂ ਕਰਕੇ ਲੋਕਾਂ ਨੇ 14 ਵਜੇ ਪਾਰਟੀ ਦਾ ਸਾਥ ਦਿੱਤਾ ਸੀਗਾ, ਜਿਹੜਾ ਕਿ ਦੁਆਰਾ ਲੋਕਾਂ ਨੂੰ ਦਿਖਾ ਦਿੱਤਾ ਕਿ ਅਸੀਂ ਕਿਸੇ ਸੂਲਾਂ ਵਾਸਤੇ ਆਏ ਸੀ, ਸਾਡੀ ਜਿਹੜੀ ਆਹ ਖੇਡ ਹੈਗੀ ਹੈ ਕਿ ਬਾਕੀ ਪਾਰਟੀਆਂ ਚੋਂ ਵਿਵਾਦਿਤ ਕਿਰਦਾਰਾਂ ਵਾਲੇ, ਵਿਵਾਦਿਤ ਸਮਾਜਿਕ ਸਿਆਸੀ ਕਿਰਦਾਰ ਵਾਲੇ ਲੋਕ ਵੀ ਸ਼ਾਮਿਲ ਕਰਦੇ ਹੈਗੇ, ਅਸੀਂ ਵਾਸਤੇ ਹੀ ਤੁਹਾਡੀ ਪਾਰਟੀ ਸਾਥ ਦਿੱਤਾ ਸੀਗਾ। ਜਦੋਂ ਲੋਕਾਂ ਨੂੰ ਦਿਖਾ ਦਿੱਤਾ ਹੈਗਾ ਕਿ ਇੱਕ ਸਿਆਸੀ ਪ੍ਰਤੱਖਤਾ ਰੱਖਦੇ ਆ, ਸਿਆਸੀ ਦਿਮਾਗ ਰੱਖਦੇ ਹੈਗੇ, ਪੰਜਾਬ ਨੇ ਇੱਕ ਆਪਣੀ ਸਿਆਸੀ ਸੂਝਬੂਝ ਦਾ ਮੁਜ਼ਾਹਰਾ ਕੀਤਾ ਹੈਗਾ, ਔਰ ਜਿਹਨਾਂ ਖੁੱਲੇ ਹੱਥਾਂ ਨਾਲ ਆਮ ਆਦਮੀ ਪਾਰਟੀ ਨੂੰ ਆਪਣੇ ਕਲਾਬ ਚ ਲਿਆ ਗਿਆ, ਉਹਨਾਂ ਨੇ ਉਸ ਕਲਾਬੇ ਨੂੰ ਘੁੱਟ ਕੇ ਆਪੇ ਆਮ ਆਦਮੀ ਪਾਰਟੀ ਦਾ ਗਾਜ ਵੀ ਘੁੱਟ ਦਿੱਤਾ ਇਹਨਾਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਚੱਕਰ ਟੀਵੀ ਨਾਲ ਗੱਲ ਕਰਨ ਲਈ। ਥੈਂਕ ਯੂ ਸੋ ਮਚ।